दोस्तों आपां तकरीबन कोई अजिहा व्यक्ति होगा जिहदे कोल अपने घर दे विच कोई व्हीकल जां वाहन नहीं हुंदा होगा, मोटर गड्डी नहीं हुंदी होगी। तकरीबन अपने सारे घरां दे विच स्कूटर, मोटरसाइकिल, कार, कमर्शियल व्हीकल भी अपने कोल आम तौर ते आपां रखे हुए ने। पंजाब दे विच तां जो व्हीकल दी गिणती बहुत ज़्यादा हैगी आ। तुहानूं इह वी पता ही होणा कि पिछले कुछ समय दौरान माननयोग सुप्रीम कोर्ट दीआं हदायतां दे आधार ते जिन्हें व्हीकल ने अपने जिन्हां नूं रजिस्ट्रेशन नंबर लगदा उहनां दी सारिआं दी हाई सिक्योरिटी रजिस्ट्रेशन प्लेट्स लाउण बारे हुक्म होए पए ने। ये माननयोग अदालत वल्लों हुक्म होए सन। उस तों बाद पंजाब सरकार होर जिन्नियां वी स्टेट गवर्नमेंट्स ने जां होर सारिआं सरकारां वल्लों कहा गया कि ये जिहड़े व्हीकल ने अपने रजिस्टर्ड ने ते उहनां दी जिहड़ियां हाई सिक्योरिटी रजिस्ट्रेशन प्लेट्स लगियां होणियां लाजमी ने। सो पंजाब दे विच वी ये जिहड़ी मुहिम है काफ़ी बड़े वड्डे पद्धर ते चल रही है। तो हुण जो स्टेट ट्रांसपोर्ट कमिश्नर दफ्तर है उन्हां वल्लों एक बकायदा मुहिम शुरू की गई है कि जिन्हें पंजाब दे व्हीकल ने जां लोकां कोले उहनां दे वाहन हन, चाहे वह कमर्शियल ने चाहे वह अपनी घरेलू लोड़ां वास्ते रखे हुए ने, उहनां दी जिन्ने भी उहनां दीआं नंबर प्लेट्स ने उहनां नूं हाई सिक्योरिटी रजिस्ट्रेशन प्लेट्स दे विच तब्दील कर दिता जाए। सो इह सरकार वल्लों तां इह लाजमी करार दिता गया कि ये जो प्लेट्स ने तुहाडीआं हाई सिक्योरिटी रजिस्ट्रेशन प्लेट्स ही होणियां चाहीदियां ने। ਇਹਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਮੋਟਰ ਵਹੀਕਲ ਐਕਟ 1988 ਅਤੇ ਐਕਟ 2019 ਦੇ ਅਨੁਸਾਰ ਇਹ ਜੇਕਰ ਆਪਾਂ ਬਿਨਾਂ ਇਹ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਸ ਤੋਂ ਬਿਨਾਂ ਆਪਾਂ ਵਹੀਕਲ ਚਲਾਉਂਦੇ ਹਾਂ ਤਾਂ ਉਹ ਇੱਕ ਸਜ਼ਾਯੋਗ ਅਪਰਾਧ ਮੰਨਿਆ ਜਾਊਗਾ। ਆਮ ਤੌਰ 'ਤੇ ਤੁਸੀਂ ਦੇਖਦੇ ਹੋ ਵੀ ਹੁਣ ਵੀ ਮਤਲਬ ਜਦੋਂ ਕਿਤੇ ਕੋਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤਾਂ ਮਤਲਬ ਦੇਖਿਆ ਜਾਣਾ ਕਿ ਜਿਹੜੇ ਵਹੀਕਲ ਇਸ ਧਾਰਾ ਦੇ ਤਹਿਤ ਫੜੇ ਜਾਂਦੇ ਨੇ ਤਾਂ ਉਹਨਾਂ ਨੂੰ ਮਤਲਬ ਸਜ਼ਾ ਜੁਰਮਾਨਾ ਜੋ ਵੀ ਡਿਪਾਰਟਮੈਂਟ ਵੱਲੋਂ ਕੀਤਾ ਜਾਂਦਾ ਉਹ ਕੀਤਾ ਜਾਂਦਾ ਅਤੇ ਇਹਦੇ ਨਾਲ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਵੀ ਆਉਂਦੀ ਹੈ। ਸੋ ਅਗਰ ਮੈਂ ਮੋਟੀ ਮੋਟੀ ਗੱਲ ਕਰਾਂ ਤਾਂ ਅਗਰ ਜੇਕਰ ਆਪਾਂ ਇਹ ਬਿਨਾਂ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਸ ਤੋਂ ਬਿਨਾਂ ਆਪਾਂ ਵਹੀਕਲ ਚਲਾਉਂਦੇ ਫੜੇ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਉਹਨੂੰ ਇੱਕ ਕ੍ਰਾਈਮ ਮੰਨਿਆ ਜਾਂਦਾ, ਅਪਰਾਧ ਮੰਨਿਆ ਜਾਂਦਾ, ਅਫੈਂਸ ਮੰਨਿਆ ਜਾਂਦਾ ਅਤੇ ਸਭ ਤੋਂ ਪਹਿਲਾਂ ਉਹਨੂੰ 2000 ਰੁਪਇਆ ਜੁਰਮਾਨਾ ਕੀਤਾ ਜਾਂਦਾ। ਅਤੇ ਜੇ ਉਹੀ ਅਪਰਾਧ ਜਾਂ ਨੰਬਰ ਪਲੇਟਸ ਤੋਂ ਬਿਨਾਂ ਇੱਕ ਵਾਰੀ ਵਾਰਨਿੰਗ ਮਿਲ ਗਈ ਅਤੇ ਉਸ ਤੋਂ ਬਾਅਦ ਉਹ ਦੁਬਾਰਾ ਵਹੀਕਲ ਬਿਨਾਂ ਰਜਿਸਟ੍ਰੇਸ਼ਨ ਨੰਬਰ ਪਲੇਟ ਤੋਂ ਉਹ ਫੜਿਆ ਜਾਂਦਾ ਤਾਂ ਉਸ ਤੋਂ ਬਾਅਦ ਉਸਨੂੰ 3000 ਰੁਪਇਆ ਜੁਰਮਾਨਾ ਕੀਤਾ ਜਾਂਦਾ। ਅਤੇ ਇਸ ਕਰਕੇ ਬੜੀ ਜਦੋਂ ਆਪਾਂ ਜੁਰਮਾਨਾ ਭਰਦੇ ਹਾਂ ਸਾਨੂੰ ਜੁਰਮਾਨਾ ਭਰਨ ਵੇਲੇ ਵੀ ਕਾਫ਼ੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਸਾਨੂੰ ਇਹ ਚਾਹੀਦਾ ਕਿ ਜੋ ਇਹ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਪੰਜਾਬ ਵੱਲੋਂ ਇਹ ਜੋ ਮੁਹਿੰਮ ਚਲਾਈ ਗਈ ਹੈ ਆਪਾਂ ਇਸ ਮੁਹਿੰਮ ਨੂੰ ਕਾਮਯਾਬ ਕਰੀਏ। ਜਿੰਨੇ ਵੀ ਆਪਣੇ ਘਰਾਂ ਦੇ ਵਿੱਚ ਵਹੀਕਲ ਹਨ, ਚਾਹੇ ਉਹ ਕਮਰਸ਼ੀਅਲ ਨੇ ਚਾਹੇ ਉਹ ਆਪਣੇ ਘਰੇਲੂ ਲੋੜ ਵਾਸਤੇ ਰੱਖੇ ਹੋਏ ਨੇ, ਉਹਨਾਂ ਦੀ ਰਜਿਸਟ੍ਰੇਸ਼ਨ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਸ ਲਗਾਉਣੀ ਬਹੁਤ ਜ਼ਰੂਰੀ ਆ। ਸੋ ਦੋਸਤੋ ਇਹ ਜੋ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਸ ਲਗਾਉਣ ਦੀ ਜੋ ਪ੍ਰਕਿਰਿਆ ਹੈ, ਪਹਿਲਾਂ ਆਮ ਤੌਰ 'ਤੇ ਲੋਕਾਂ ਦੇ ਮਨ ਦੇ ਵਿੱਚ ਇਹ ਸੀ ਕਿ ਬਹੁਤ ਔਖਾ ਪ੍ਰੋਸੈਸ ਹੈਗਾ ਜੀ, ਕਿੰਨੇ ਦਿਨ ਲੱਗ ਜਾਣਗੇ, ਉੱਥੇ ਕੋਈ ਖੱਜਲ ਖੁਆਰੀ ਬਹੁਤ ਹੋਏਗੀ, ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੋਵੇਗਾ, ਇੱਦਾਂ ਦੀ ਕੋਈ ਗੱਲ ਨਹੀਂ। ਇਸ ਪੱਖ ਤੋਂ ਸਾਨੂੰ ਬਿਲਕੁਲ ਹੀ ਨਿਸ਼ਚਿੰਤ ਰਹਿਣਾ ਚਾਹੀਦਾ ਹੈ। ਇਹ ਬਹੁਤ ਹੀ ਸੌਖੀ ਪ੍ਰਕਿਰਿਆ ਹੈ, ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਵੱਲੋਂ ਇਹਨੂੰ ਬਹੁਤ ਸੁਖਾਲਾ ਕਰ ਦਿੱਤਾ ਗਿਆ ਅਤੇ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਕਦੋਂ ਵਿਹਲ ਹੈ ਅਤੇ ਤੁਸੀਂ ਕਦੋਂ ਆਪਣੀ ਰਜਿਸਟ੍ਰੇਸ਼ਨ ਨੰਬਰ ਪਲੇਟ ਲਵਾ ਸਕਦੇ ਹੋ। ਇਹਦੇ ਲਈ ਤੁਹਾਨੂੰ ਕਰਨਾ ਕੀ ਪਏਗਾ ਵੀ ਆਪਾਂ ਕਿੱਦਾਂ ਐਪਲੀਕੇਸ਼ਨ ਕਿੱਦਾਂ ਦੇਣੀ ਹੈ ਇਹ ਪਲੇਟਸ ਲਵਾਉਣ ਵਾਸਤੇ, ਮੈਂ ਤੁਹਾਡੇ ਨਾਲ ਵੈਬਸਾਈਟ ਸ਼ੇਅਰ ਕਰਨ ਲੱਗਿਆ, ਤੁਸੀਂ ਉਹ ਵੈਬਸਾਈਟ 'ਤੇ ਜਾਣਾ, ਉਹ ਵੈਬਸਾਈਟ 'ਤੇ ਜਾ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ। ਵੈਬਸਾਈਟ ਨੋਟ ਕਰ ਲਓ, www.punjabhsrp.in। ਮੈਂ ਰਿਪੀਟ ਕਰਦਾ, www.punjabhsrp.in। ਤੁਸੀਂ ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਪਹਿਲਾਂ ਇਹ ਹੁੰਦਾ ਸੀ ਜਦੋਂ ਆਪਾਂ ਇਹ ਪਲੇਟਸ ਲਗਾਉਣੀਆਂ ਹੁੰਦੀਆਂ ਸੀ ਤਾਂ ਸਾਨੂੰ ਕਿਤੇ ਨਾ ਕਿਤੇ ਹੋ ਸਕਦਾ ਕੋਈ ਹਰਾਸਮੈਂਟ ਦਾ ਸਾਹਮਣਾ ਕਰਨਾ ਪੈ ਜਾਵੇ, ਪਰ ਅੱਜ
जो तुसी इस वैबसाइट ते अप्लाई करोगे ना तां तुसी अपनी मिति किस समय तुसी आ सकते हो ते किहड़े सेंटर च जाके तुसी अपनी रजिस्ट्रेशन जो हाई सिक्योरिटी रजिस्ट्रेशन प्लेट अपने वहीकल ते लवा सकते हो तां तुसी आप ही डिसाइड करना। सपोज तुसी अज जाने हो तुसी तकरीबन ए हफ्ते के विच विच हफ्ते दे विच विच तुहानू तरीक मिल जांदी है। सपोज तुसी हुण अप्लाई करदे हो तां तुहाडे कोले आ नैक्सट वीक ਦਾ ਤੁਹਾਡੇ ਕੋਲ ਕੋਈ ਵੀ ਦਿਨ ਤੁਸੀਂ ਤੁਹਾਡਾ ਜਦੋਂ ਤੁਹਾਡਾ ਵਿਹਲਾ ਹੈਗਾ ਤੇ ਤੁਸੀਂ ਜਾ ਕੇ ਆਪਣੀ ਇਹ ਨੰਬਰ ਪਲੇਟ ਲਗਵਾ ਸਕਦੇ ਹੋ ਤੇ ਇਹਦੇ ਵਾਸਤੇ ਜੋ ਫੀਸ ਹੈ ਉਹ ਵੀ ਫੀਸ ਆਨਲਾਈਨ ਹੀ ਅਪਲਾਈ ਕੀਤੀ ਜਾਂਦੀ ਹੈ। ਬੜਾ ਸੌਖਾ ਤਰੀਕਾ, ਕਿਸੇ ਤਰ੍ਹਾਂ ਦੀ ਕੋਈ ਤੁਹਾਡੇ ਤੋਂ ਕੋਈ ਘੱਟ ਫੀਸ ਨਹੀਂ, ਕੋਈ ਵੱਧ ਫੀਸ ਨਹੀਂ। ਮੈਂ ਅਗਰ ਫੀਸ ਦੀ ਗੱਲ ਕਰਾਂ ਵੀ ਕਿਹੜੇ ਵਹੀਕਲ ਦੀ ਕਿੰਨੀ ਫੀਸ ਲੱਗਦੀ ਹੈ, ਉਹ ਹਰੇਕ ਵਹੀਕਲ ਦੀ ਅਲੱਗ ਅਲੱਗ ਹੈਗੀ ਹੈ, ਪਰ ਐਜ਼ ਔਨ ਐਵਰੇਜ ਤਕਰੀਬਨ 180 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਸਕੂਟਰ ਮੋਟਰਸਾਈਕਲ ਦੀ 180 ਰੁਪਏ ਹੋ ਗਏ, ਤੋਂ ਵੱਧ ਜਿਹੜੇ ਕਮਰਸ਼ੀਅਲ ਵਹੀਕਲ ਹੁੰਦੇ ਨੇ ਜਿਵੇਂ ਟਰੱਕ ਵਗੈਰਾ ਹੁੰਦੇ ਨੇ 750-800 ਰੁਪਈਆ ਉਹਨਾਂ ਦੀ ਫੀਸ ਹੈ। ਉਹ ਤੁਸੀਂ ਆਨਲਾਈਨ ਹੀ ਭਰਨੀ ਹੈ, ਆਨਲਾਈਨ ਹੀ ਤੁਹਾਡੀ ਜਨਰੇਟ ਹੋਣੀ ਹੈ, ਉਹ ਉਹਦੇ ਵਿੱਚ ਕਿਸੇ ਮਨੁੱਖੀ ਹੱਥਾਂ ਦਾ ਕੋਈ ਲੈਣ ਦੇਣਾ ਨਹੀਂ ਹੈਗਾ ਉਹਦੇ ਵਿੱਚ। ਜਦੋਂ ਤੁਸੀਂ ਆਪਣੇ ਵਹੀਕਲ ਦੀ ਡਿਟੇਲ ਭਰੋਗੇ ਤਾਂ ਆਪਣੇ ਆਪ ਉਹ ਫੀਸ ਸਲਿੱਪਾਂ ਜਿਹੜੀ ਉਹ ਆਪਣੇ ਆਪ ਜਨਰੇਟ ਹੋ ਜਾਣੀ ਹੈ, ਉਹਦੇ 'ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੈਗਾ। ਸੋ ਅਗਰ ਇਸੇ ਤਰ੍ਹਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਆਨਲਾਈਨ ਫੀਸ ਭਰਨ ਦੇ ਵਿੱਚ, ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ, ਅਗਰ ਤੁਹਾਨੂੰ ਉੱਥੇ ਆਨਲਾਈਨ ਡੇਟ ਨਹੀਂ ਮਿਲ ਰਹੀ, ਟਾਈਮ ਨਹੀਂ ਮਿਲ ਰਿਹਾ, ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਸੈਂਟਰ ਚੋਣ ਦੇ ਵਿੱਚ ਪ੍ਰੋਬਲਮ ਆ ਰਹੀ ਆ, ਤਾਂ ਤੁਸੀਂ ਮੈਂ ਤੁਹਾਡੇ ਨਾਲ 2 ਨੰਬਰ ਸ਼ੇਅਰ ਕਰਨ ਲੱਗਿਆ। ਇਹ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਚੰਡੀਗੜ੍ਹ ਵੱਲੋਂ ਕਰਵਾਏ ਗਏ ਨੇ। ਨੰਬਰ ਨੋਟ ਕਰ ਲਓ, 7888-4988-53। ਇਸੇ ਤਰ੍ਹਾਂ ਦੂਸਰਾ ਨੰਬਰ ਹੈ 7888-4988-59। ਇਹ 2 ਨੰਬਰ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਨੇ। ਅਗਰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਇਹ 2 ਨੰਬਰਾਂ 'ਤੇ ਵੀ ਜਾ ਕੇ ਸੰਪਰਕ ਕਰ ਲਓ। ਅੱਗੇ ਤੁਹਾਨੂੰ ਆਟੋਮੈਟਿਡ ਕਾਲ ਹੈ, ਤੁਹਾਨੂੰ ਆਪਣੇ ਆਪ ਤੁਹਾਨੂੰ ਜੋ ਆਪਣੇ ਡਿਪਾਰਟਮੈਂਟ ਦੇ ਨੁਮਾਇੰਦੇ ਨੇ ਤੁਹਾਡੇ ਨਾਲ ਗੱਲ ਕਰਨਗੇ, ਏਜੰਟ ਗੱਲ ਕਰਨਗੇ ਅਤੇ ਤੁਹਾਨੂੰ ਸਾਰੀ ਡਿਟੇਲ ਦੇ ਦੇਣਗੇ। ਇਸ ਤੋਂ ਇਲਾਵਾ ਤੁਹਾਡੀ ਕੋਈ ਕੁਐਰੀ ਹੈਗੀ ਆ ਤਾਂ ਤੁਸੀਂ ਕੁਐਰੀ ਵੀ ਆਪਣੀ ਪਾ ਸਕਦੇ ਹੋ, ਉਹ ਕੁਐਰੀ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਲੈਣਾ। ਈਮੇਲ ਆਈ ਡੀ ਤੁਸੀਂ ਨੋਟ ਕਰ ਲਓ, ਮੈਂ ਸਕਰੀਨ 'ਤੇ ਵੀ ਪਾ ਦਿੰਦਾ, ਤੁਹਾਡੇ ਆਪਣੇ ਕਮੈਂਟ ਬਾਕਸ ਦੇ ਵਿੱਚ ਵੀ ਸ਼ੇਅਰ ਕਰ ਦਿਆਂਗੇ। ਉਹ ਹੈ customer.care@hsrppunjab.com। ਤੁਸੀਂ ਇਸ ਈਮੇਲ 'ਤੇ ਵੀ ਆਪਣੀ ਕੋਈ ਵੀ ਕੁਐਰੀ ਹੈਗੀ ਆ ਤਾਂ ਤੁਹਾਡੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈਗਾ ਤੁਸੀਂ ਇਹਦੇ 'ਤੇ ਸ਼ੇਅਰ ਕਰ ਸਕਦੇ ਹੋ। ਫਿਰ ਇੱਕ ਗੱਲ ਹੋਰ ਇਹਦੇ ਵਿੱਚ ਹੈਗੀ ਆ ਵੀ ਅਗਰ ਮੰਨ ਲਓ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ, ਤੁਸੀਂ ਜਿੱਥੇ ਇਹ ਨੰਬਰ ਜੋ ਰਜਿਸਟ੍ਰੇਸ਼ਨ ਪਲੇਟ ਹੈ ਲਵਾਉਣ ਤੋਂ ਨਹੀਂ ਜਾ ਸਕਦੇ, ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਹੁਣ ਡਿਪਾਰਟਮੈਂਟ ਨੇ ਇੰਨਾ ਸੌਖਾ ਕਰ ਦਿੱਤਾ ਕਿ ਤੁਸੀਂ ਆਨਲਾਈਨ ਅਪਲਾਈ ਕਰੋ, ਇਹ ਤੁਹਾਡੇ ਨੰਬਰ ਪਲੇਟ ਹੈ ਉਹ ਘਰ ਆ ਕੇ ਵੀ ਲੱਗ ਜਾਏਗੀ, ਮਤਲਬ ਤੁਹਾਡੇ ਘਰ ਬੈਠੇ ਹੀ ਤੁਸੀਂ ਆਪਣੀ ਵਹੀਕਲ ਦੇ ਉੱਤੇ ਇਹ ਨੰਬਰ ਪਲੇਟ ਫਿਕਸ ਕਰਵਾ ਸਕਦੇ ਹੋ। ਸੋ ਬਹੁਤ ਸੌਖਾ ਕਰ ਦਿੱਤਾ ਗਿਆ। ਅਤੇ ਤੁਹਾਡੀ ਜਾਣਕਾਰੀ 'ਚ ਇਹ ਵੀ ਦੱਸਦੇ ਹਾਂ ਕਿ ਹੁਣ ਜੋ RCs ਪ੍ਰਿੰਟ ਹੁੰਦੀਆਂ ਨਵੇਂ ਵਹੀਕਲ ਦੀਆਂ ਉਹ ਬਿਨਾਂ ICQT ਰਜਿਸਟ੍ਰੇਸ਼ਨ ਪ੍ਰਿੰਟਸ ਤੋਂ ਬਿਨਾਂ ਹੁੰਦੀਆਂ ਹੀ ਨਹੀਂ। ਸੋ ਇਸ ਕਰਕੇ ਆਪਾਂ ਅਗਰ ਨਵਾਂ ਵਹੀਕਲ ਵੀ ਲਿਆ ਤਾਂ ਕੋਸ਼ਿਸ਼ ਕਰੀਏ ਕਿ ਨਾਲ ਦੀ ਨਾਲ ਹੀ ਆਪਾਂ ICQT ਨੰਬਰ ਪਲੇਟਸ ਲਵਾ ਲਈਏ ਤਾਂ ਜੋ ਸਹੀ ਸਮੇਂ 'ਤੇ ਤੁਹਾਡੇ ਕੋਲ ਤੁਹਾਡੇ ਵਹੀਕਲ ਦੀ RC ਵਗੈਰਾ ਆ ਜਾਵੇ। ਸੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਬੜੀ ਮਹੱਤਵਪੂਰਨ ਜਾਣਕਾਰੀ ਸੀ ਜਿਹੜੀ ਤੁਹਾਡੇ ਨਾਲ ਇਹ ਸ਼ੇਅਰ ਕੀਤੀ ਹੈ, ਤੁਹਾਡੇ ਕੰਮ ਆਊਗੀ। ਸੋ ਇਸ ਜਾਣਕਾਰੀ ਨੂੰ ਆਪਣੇ ਤੱਕ ਹੀ ਸੀਮਤ ਨਾ ਰੱਖੋ, ਕੋਸ਼ਿਸ਼ ਕਰੋ ਕਿ ਜਿੰਨੇ ਵੀ ਸਾਡੇ ਲੋਕ ਜਾਣਕਾਰ ਨੇ ਜਾਂ ਤੁਹਾਡੇ ਨਾਲ ਜੁੜੇ ਲੋਕ ਨੇ ਜਾਂ ਤੁਹਾਡੇ ਕਿਸੇ ਨਾ ਕਿਸੇ ਤਰੀਕੇ ਆਪਣੇ ਸੰਪਰਕ 'ਚ ਆਉਂਦੇ ਨੇ, ਉਹਨਾਂ ਨਾਲ ਇਹ ਜਾਣਕਾਰੀ ਜ਼ਰੂਰ ਸ਼ੇਅਰ ਕਰੋ, ਉਹਨਾਂ ਨੂੰ ਇਹ ਵੀਡੀਓ ਵੀ ਸ਼ੇਅਰ ਕਰੋ, ਉਹਨਾਂ ਨੂੰ ਵਰਬਲੀ ਵੀ ਤੁਸੀਂ ਇਹ ਇਨਫੋਰਮੇਸ਼ਨ ਦੇ ਸਕਦੇ ਹੋ। ਅਤੇ ਇੱਕ ਤੁਹਾਨੂੰ ਅਪੀਲ ਹੈ ਵੀ ਕਿਸੇ ਤਰ੍ਹਾਂ ਦੇ ਏਜੰਟਾਂ ਤੋਂ ਤੁਹਾਨੂੰ ਬਚਣਾ ਚਾਹੀਦਾ, ਏਜੰਟਾਂ ਦੇ ਕਿਸੇ ਤਰ੍ਹਾਂ ਦੇ ਵੀ ਮਤਲਬ ਧੋਖੇ ਦੇ ਵਿੱਚ ਆਉਣ ਦੀ ਕੋਈ ਜ਼ਰੂਰਤ ਨਹੀਂ। ਇਹ ਜੋ ਤੁਹਾਡੇ ਨਾਲ ਡਿਟੇਲ ਸ਼ੇਅਰ ਕੀਤੀ ਗਈ ਹੈ ਇਹ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਜੋ ਪੰਜਾਬ ਸਰਕਾਰ ਦਾ ਅਦਾਰਾ ਹੈ ਉਹਨਾਂ ਵੱਲੋਂ ਇਹ ਸੂਚਨਾ ਜਨਤਕ ਹਿੱਤ ਦੇ ਵਿੱਚ ਜਾਰੀ ਕੀਤੀ ਗਈ ਹੈ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਆਪਾਂ ਜੋ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਜਾਂ ਮਤਲਬ ਮਾਨਯੋਗ ਅਦਾਲਤਾਂ ਵੱਲੋਂ ਜੋ ਵੀ ਹੁਕਮ ਕੀਤਾ ਜਾਂਦਾ ਹੈ, ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰੀਏ। ਇਹ ਜਦੋਂ ਆਪਣਾ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਸ ਲੱਗ ਜਾਂਦੀਆਂ ਨੇ ਤਾਂ ਉਹਦੇ ਨਾਲ ਬਹੁਤ ਵੱਡੇ ਪੱਧਰ 'ਤੇ ਜੋ ਅਪਰਾਧ ਨੇ ਉਹਨਾਂ ਨੂੰ
कंट्रोल करने दे विच भी काफ़ी सहायता मिलती है अगर थोड़े ध्यान च हो आप आम तौर पर देखते हैं भी कई कई घटनावां इदां दी हुंदियां ने कि जो बाद विच वहीकल की डिटेल दे नाल ओह बंदे फड़े जांदे ने। सो आओ आपां स्टेट ट्रांसपोर्ट कमिश्नर दफ्तर की यह जो अपील है इहनूं चलदे हुए अपने जिन्हें भी अपने कोल वहीकल ने आपां उहनां दीआं हाई सिक्योरिटी रजिस्ट्रेशन प्लेट्स लगवाईए ता जो एक सरकार का टीचा है वह भी पूरा किया जा सके कि आपां अपराध नूं घटाउणा है। रजिस्ट्रेशन जो वहीकल ने उन्हां दी रजिस्ट्रेशन होने दे नाल एक साडे कोल डाटा भी इकट्ठा हो जाता है, डाटा नाल पता लगता रहता है कि साडे स्टेट दे विच किन्ने वहीकल ने, किन्नी किस्म दे वहीकल ने, किहड़ी कंपनी दे ने, उह सारा सरकारी अंकड़िआं वास्ते बहुत जरूरी चीज़ां हुंदीआं ने। सो इस वीडियो दे विच तुहाडे वास्ते इन्नी इनफॉर्मेशन, उम्मीद करते हैं कि तुहानूं इह वीडियो पसंद आई होएगी ते तुसीं होरां लोकां तक भी इह जानकारी पहुँचाउण दे विच साडा सहयोग करो। बहुत बहुत धन्यवाद जी।